ਬੀਤੇ ਦਿਨੀ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਦੇ ਵਿੱਚ ਰੈਜ਼ੀਡੈਂਟ ਡਾਕਟਰ ਦੇ ਨਾਲ ਛੇੜਛਾੜ ਦਾ ਇੱਕ ਮਾਮਲਾ ਜਿਹੜਾ ਉਹ ਸਾਹਮਣੇ ਆਇਆ ਸੀ, ਜਿਸ ਤੋਂ ਬਾਅਦ ਪੁਲਿਸ ਵੱਲੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਂਦੀ ਹੈ। ਇਸ ਮਾਮਲੇ ਤੋਂ ਬਾਅਦ ਮੁੜ ਤੋਂ ਡਾਕਟਰਾਂ ਦੀ ਸੁਰੱਖਿਆ ਜਿਹੜੀ ਉਹ ਸਵਾਲਾਂ ਦੇ ਘੇਰੇ ਵਿੱਚ ਆ ਜਾਂਦੀ ਹੈ। ਤਾਂ ਹੁਣ ਇਸ ਮਾਮਲੇ ਵਿੱਚ ਪੁਲਿਸ ਦੇ ਵੱਲੋਂ ਵੱਡੇ ਖੁਲਾਸੇ ਨੇ ਜਿਹੜੇ ਉਹ ਕੀਤੇ ਗਏ ਨੇ। ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ 2 ਸਤੰਬਰ ਨੂੰ ਗੁਰੂ ਨਾਨਕ ਦੇਵ ਹਸਪਤਾਲ ਦੇ ਵਿੱਚ ਇੱਕ ਮਹਿਲਾ ਨਾਲ ਛੇੜਛਾੜ ਹੋਣ ਦੀ ਸ਼ਿਕਾਇਤ ਆ ਜਿਹੜੀ ਉਹ ਸਾਹਮਣੇ ਆਈ ਸੀ। ਮਹਿਲਾ ਰੈਜ਼ੀਡੈਂਟ ਡਾਕਟਰ ਆ ਜਿਹੜੀ ਉਹ ਇਸ ਘਟਨਾ ਤੋਂ ਬਾਅਦ ਕਾਫੀ ਜ਼ਿਆਦਾ ਡਰੀ ਹੋਈ ਸੀ ਅਤੇ ਭੱਜ ਕੇ ਉਸਦੇ ਵੱਲੋਂ ਆਪਣੀ ਜਾਨ ਆ ਜਿਹੜੀ ਉਹ ਬਚਾਈ ਗਈ ਸੀ। ਤਾਂ ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ CCTV ਫੁਟੇਜ ਨੇ ਜਿਹੜੇ ਉਹਨਾਂ ਦੇ ਵੱਲੋਂ ਖੰਗਾਲੇ ਜਾ ਰਹੇ ਨੇ, ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਮੋਟਰਸਾਈਕਲ ਸਵਾਰ ਨੌਜਵਾਨ ਜਿਹੜਾ ਕਿ ਖੋਹ ਦੀ ਨੀਅਤ ਦੇ ਨਾਲ ਉੱਥੇ ਆਇਆ ਸੀ ਅਤੇ ਉਸਦੇ ਵੱਲੋਂ ਡਾਕਟਰ ਮਹਿਲਾ ਦੇ ਕੋਲੋਂ ਖੋਹ ਦੀ ਕੋਸ਼ਿਸ਼ ਆ ਜਿਹੜੀ ਉਹ ਕੀਤੀ ਗਈ ਸੀ, ਜਿਸ ਦੀ CCTV ਵੀਡੀਓ ਵੀ ਸਾਹਮਣੇ ਆਈ ਹੈ। ਤਾਂ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਕੋਈ ਛੇੜਛਾੜ ਦਾ ਮਾਮਲਾ ਨਹੀਂ ਲੱਗਦਾ, ਇਸ ਮਾਮਲੇ ਦੀ ਗੰਭੀਰਤਾ ਦੇ ਨਾਲ ਉਹਨਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਆਰੋਪੀ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਸੋਸ਼ਲ ਮੀਡੀਆ ਉੱਤੇ ਅਜਿਹੀਆਂ ਅਫਵਾਹਾਂ ਨਹੀਂ ਫੈਲਾਉਣੀਆਂ ਚਾਹੀਦੀਆਂ ਕਿ ਡਾਕਟਰ ਦੇ ਨਾਲ ਛੇੜਛਾੜ ਆ ਜਿਹੜੀ ਉਹ ਕੀਤੀ ਗਈ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਲਦ ਇਸ ਮਾਮਲੇ ਦੇ ਵਿੱਚ ਕਾਰਵਾਈ ਉਹਨਾਂ ਵੱਲੋਂ ਕੀਤੀ ਜਾਵੇਗੀ। ਤਾਂ ਪੂਰੇ ਮਾਮਲੇ ਬਾਰੇ ਕੀ ਕਹਿਣਾ ਹੈ ਪੁਲਿਸ ਅਧਿਕਾਰੀ ACP ਮਨਿੰਦਰਪਾਲ ਸਿੰਘ ਦਾ, ਆਓ ਦੇਖਦੇ ਹਾਂ। ਇਹ ਇੱਕ ਪਰਸੋਂ ਸਾਡੇ ਇੱਕ ਇੰਸੀਡੈਂਟ ਹੋਇਆ ਗੁਰੂ ਨਾਨਕ ਦੇਵ ਹਸਪਤਾਲ ਦੇ ਵਿੱਚ। ਉੱਥੇ ਇੱਕ ਸੈਕਿੰਡ ਈਅਰ ਸਟੂਡੈਂਟ ਸੀ ਅਤੇ ਉਹ ਆਪਣੀ ਸ਼ਿਫਟ ਖਤਮ ਕਰਕੇ ਰਾਤ ਨੂੰ ਤਕਰੀਬਨ 10 ਵਜੇ ਆਪਣੇ ਹੋਸਟਲ ਜਾ ਰਹੀ ਸੀ ਬਾਈ ਸਕੂਟੀ 'ਤੇ। ਅਤੇ ਉਹਦੇ ਕਹਿਣ ਦੇ ਮੁਤਾਬਿਕ ਇੱਕ ਮੁੰਡਾ ਮੋਟਰਸਾਈਕਲ ਦੇ ਪਿੱਛੇ ਆਇਆ ਅਤੇ ਮੇਰੇ ਇੱਥੋਂ ਅਟੈਂਪਟ ਕਰਕੇ ਅਤੇ ਅੱਗੇ ਭੱਜ ਗਿਆ। ਬਟ ਡਿਊਰਿੰਗ ਇਨਵੈਸਟੀਗੇਸ਼ਨ ਸਾਨੂੰ 2 ਚੀਜ਼ਾਂ ਸਾਹਮਣੇ ਆ ਰਹੀਆਂ। ਉਹ ਉਸ ਸਾਈਡ ਦੇ ਵਿੱਚ ਇਹਦਾ ਇਹਨਾਂ ਦਾ ਸਲਿੰਗ ਬੈਗ ਵੀ ਲਾਇਆ ਹੋਇਆ ਸੀਗਾ, ਜਿਹੜਾ ਬੈਗ ਹੋ ਸਕਦਾ ਕਿ ਉਹ ਮੁੰਡਾ ਸਨੈਚਿੰਗ ਕਰਨ ਦੇ ਨੀਅਤ ਦੇ ਨਾਲ ਵੀ ਹੋ ਸਕਦਾ ਹੈ। ਬਟ ਐਸਾ ਕੋਈ ਨਹੀਂ ਹੈ ਕਿ ਉਹਨੂੰ ਛੇੜਿਆ ਜਾਂ ਕੋਈ ਹੋਰ ਤਰੀਕੇ ਦੇ ਨਾਲ ਉਹਨੂੰ ਦਿੱਤਾ। ਪੁਲਿਸ ਵੱਲੋਂ ਇਮੀਡੀਏਟਲੀ FIR ਲਾਂਚ ਕਰ ਦਿੱਤੀ ਗਈ ਹੈ ਜੀ, 102/24 ਅੰਡਰ ਸੈਕਸ਼ਨ BNS 75 ਦੇ ਵਿੱਚ। ਅਤੇ ਡਿਊਰਿੰਗ ਅਸੀਂ ਸਾਡੀ ਤਫਤੀਸ਼ ਚੱਲਦੀ ਪਈ ਹੈ ਅਤੇ ਸਾਨੂੰ ਕਾਫੀ ਹੱਦ ਤੱਕ CCTV ਫੁਟੇਜ ਕਲੀਅਰ ਹੋ ਗਈਆਂ। ਸਾਡੀਆਂ 6-7 ਟੀਮਾਂ ਇਸੇ ਕੰਮ ਦੇ ਵਿੱਚ। ਕਿੰਨੇ ਲੜਕੇ ਸਨ ਤੇ ਕਿਆਦੇ ਉੱਪਰ ਆਏ ਸੀ? ਇਹ ਇਕੱਲਾ ਸਿੰਗਲ ਇੱਕ ਮੁੰਡਾ ਸੀ ਤੇ ਬਾਈਕ ਤੇ ਆਇਆ ਸੀ। ਪਰ ਸੋਸ਼ਲ ਮੀਡੀਆ 'ਤੇ ਜੋ ਖਬਰਾਂ ਚੱਲੀਆਂ ਕਿ ਲੜਕੀ ਦਾ ਰੇਪ ਕਰਨ ਦੀ ਕੋਸ਼ਿਸ਼ ਕੀਤੀ, ਉਹਨੇ ਆਪਣੀ ਭੱਜ ਕੇ ਜੜ੍ਹ 'ਤੇ ਕੀ ਕਲੀਅਰ ਕਹੀ ਹੈ? ਇੱਦਾਂ ਦਾ ਕੁਛ ਨਹੀਂ ਆ, ਤੁਸੀਂ CCTV ਫੁਟੇਜ ਦੇ ਵਿੱਚ ਦੇਖ ਸਕਦੇ ਹੋ। ਇਹਦੇ ਵਿੱਚ ਚੱਲਦੇ ਮੋਟਰਸਾਈਕਲ ਦੇ ਉੱਪਰ ਇਹ ਚੀਜ਼ ਹੋਈ ਆ। ਜਿਹੜਾ ਦੋਸ਼ੀ ਸੀ ਉਹ ਮੋਟਰਸਾਈਕਲ ਦੇ ਉੱਪਰ ਚੱਲਦਾ ਪਿਆ ਸੀ ਅਤੇ ਬੇਟੀ ਵੀ ਚੱਲਦੀ ਸਕੂਟੀ ਦੇ ਉੱਪਰ ਸੀ। FIR ਦਰਜ ਹੋ ਗਈ? ਹਾਂਜੀ, FIR ਦਰਜ ਹੋ ਗਈ। ਸਰ ਕਿਸ ਦਿਨ ਦੀ ਘਟਨਾ ਹੈ ਜੀ? ਇਹ ਪਰਸੋਂ ਦੀ ਜੀ, ਪਰਸੋਂ ਰਾਤ। ਮੈਂ ਅਪੀਲ ਇਹ ਕਰਨਾ ਚਾਹੁੰਦਾ ਹਾਂ ਕਿ ਗਲਤ ਬਾਵਾਂ ਦੇ ਉੱਪਰ ਜ਼ੋਰ ਨਾ ਦਿਓ, ਜੋ ਸੱਚ ਆ ਮੈਂ ਤੁਹਾਡੇ ਸਾਹਮਣੇ ਰੱਖ ਚੁੱਕਾ ਹੋਇਆ। ਇੱਦਾਂ ਦਾ ਕੁਛ ਨਹੀਂ ਹੈਗਾ, ਬਿਲਕੁਲ ਸੇਫ ਹੈਗਾ, ਸੇਫ ਹੋਸਟਲ ਹੈ। ਸਾਡੇ CP ਸਾਹਿਬ ਬੜੇ ਸਖਤ ਨੇ ਇਸ ਕੰਮਾਂ ਦੇ ਵਿੱਚ, ਉਹਨਾਂ ਦੀਆਂ ਕਲੀਅਰ ਡਾਇਰੈਕਸ਼ਨਸ ਹੈਗੀਆਂ ਕਿ ਇਹਨਾਂ ਨੂੰ ਪੂਰੀ ਸੇਫਟੀ ਪ੍ਰੋਵਾਈਡ ਕਰੋ। ਇਹ ਮੈਡੀਕਲ ਸਟੂਡੈਂਟ ਹੈ ਸਰ? ਜੀ, ਮੈਡੀਸਨ ਦੀ। ਤੇ CCTV ਕੋਈ ਸਾਹਮਣੇ? ਹਾਂਜੀ ਹਾਂਜੀ, CCTV ਫੋਟੋ ਆਈ ਹੈ ਸਾਹਮਣੇ ਘਟਨਾ। ਮੈਂ ਵੀਡੀਓ ਵੀ ਫੋਟੋ ਵੀ ਸ਼ੇਅਰ ਕਰ ਦਿਆਂਗਾ। ਠੀਕ, ਥੈਂਕ ਯੂ ਸਰ। ਪਰ ਇਹ ਵੱਧ ਤੋਂ